ਅੱਜ ਲੁਧਿਆਣਾ ਦੇ ਗਿੱਲ ਨਹਿਰ ਦੇ ਸ਼ਹੀਦ ਬਾਬਾ ਜੀਵਨ ਸਿੰਘ ਵਿੱਦਿਅਕ ਭਲਾਈ ਟਰੱਸਟ ਅਤੇ ਰੰਗਰੇਟਾ ਕੌਮ ਵੱਲੋਂ ਐਮ ਪੀ ਰਵਨੀਤ ਸਿੰਘ ਬਿੱਟੂ ਦਾ ਪੁਤਲਾ ਫੂਕਿਆ ਅਤੇ ਪਿੱਟ ਸਿਆਪਾ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਰਵਨੀਤ ਬਿੱਟੂ ਨੇ ਇੱਕ ਵਿਵਾਦਿਤ ਬਿਆਨ ਦਿੱਤਾ ਸੀ, ਇਸ ਨੂੰ ਲੈ ਕੇ ਐਸ ਸੀ ਭਾਈਚਾਰੇ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ। ਆਓ ਦੇਖਦੇ ਹਾਂ ਕੀ ਇਹ ਪੂਰਾ ਮਾਮਲਾ। ਲੁਧਿਆਣਾ ਤੋਂ ਓਮ ਪ੍ਰਕਾਸ਼ ਵਰਮਾ ਦੀ ਰਿਪੋਰਟ। ਇਹਨਾਂ ਦਾ ਦਿਲ ਇੱਕੋ ਹੀ ਮੋਟਿਵ ਆ ਕਿ ਇਹਨਾਂ ਦੇ ਵਿੱਚ ਐਸ ਸੀ ਭਾਈਚਾਰੇ
ਸਾਡੀ ਗੱਲ ਕਰ ਲਓ ਪਰ ਮਤ ਕਰਨ ਦਾ ਇਹੋ ਜਿਹੇ ਬਿਆਨ ਦਿੰਦਾ ਆ ਇਹਦੇ ਵਾਸਤੇ ਸ਼ਰਮ ਦੀ ਗੱਲ ਆ ਇਹਨੂੰ ਨਹੀਂ ਚਾਹੀਦਾ ਇਹ ਬੋਲਣਾ ਇਹ ਤੇ ਸਹੀ ਸਿੱਖ ਆ ਇਹਨੂੰ ਸਿੱਖਾਂ ਦੇ ਵਿੱਚ ਚਾਹੀਦੀ ਇਹਦੇ ਵਾਸਤੇ ਬਹੁਤ ਮਾੜੀ ਗੱਲ ਆ ਜੇ ਇਹਦੇ ਉੱਤੇ ਕਾਰਵਾਈ ਨਾ ਹੋਈ ਤੇ ਅਸੀਂ ਭਾਈਚਾਰਾ ਲੰਘਰੇ ਕੇ ਸਿੱਖ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਇੱਕ ਜੁੱਟ ਹੋਜੋ ਜਿਹੜੇ ਇਹੋ ਜਿਹੇ ਲੋਕ ਸਾਡੇ ਵਰਗ ਦਾ ਬੋਲਦੇ ਉਹਨਾਂ ਨੂੰ ਚੰਗੀ ਤਰ੍ਹਾਂ ਸਬਕ ਸਿਖਾਇਆ ਜਾਵੇ ਔਰ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਸਾਰੇ ਆਸਣ ਭਾਈਚਾਰਾ ਨੂੰ ਦੇਖ ਕੇ ਸਿੱਖਾਂ ਨੂੰ ਜਿੰਨੀਆਂ ਵੀ ਕੌਮਾਂ ਕਾਂਗਰਸ ਦਾ ਬੋਲਿਆ ਪੁਸਤਰਾ ਪੰਜਾਬ ਦੇ ਵਿੱਚੋਂ ਗੋਲ ਕਰਾ ਦਿਓ ਕਿਤੇ ਚੰਡੀਗੜ੍ਹ ਦਾ ਆ ਕੇ ਨਾ ਬਣੇ ਐਮ ਪੀ ਇੱਥੇ ਦਾ ਸੀਗਾ ਲੁਧਿਆਣੇ ਦਾ ਚੱਲਦਾ ਪਿਆ ਆ ਇਹਨੂੰ ਮੈਂ ਇੰਨਾ ਕੁਛ ਕਹਿੰਦਾ ਹੋਇਆ